ਮੁੱਖ ਮੰਤਰੀ ਭਗਵੰਤ ਮਾਨ ਆਪਣੇ ਆਪ ਨੂੰ ਅੱਜ ਵੀ ਇੱਕ ਕਲਾਕਾਰ ਹੀ ਦੱਸਦੇ ਨੇ, ਇਸ ਲਈ ਲੰਘੇ ਦਿਨ ਸਟੇਜ ਉੱਪਰ ਅਚਾਨਕ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਦਰਲਾ ਕਲਾਕਾਰ ਜਾਗ ਪਿਆ। ਉਹਨਾਂ ਕੋਲੋਂ ਰੇਹਾ ਨਾਥ ਗਿਆ ਅਤੇ ਉਹ ਛੱਲਾ ਗਾਉਣ ਲੱਗ ਪਏ। ਛੱਲਾ ਸੁਣ ਕੇ ਉਹਨਾਂ ਨਾਲ ਅਕਸਰ ਹੀ ਨਾਰਾਜ਼ ਰਹਿੰਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਖੁਸ਼ ਹੋ ਗਏ। ਉਹਨਾਂ ਨੇ ਮੁੱਖ ਮੰਤਰੀ ਨੂੰ ਜੱਫੀ ਪਾ ਕੇ ਆਸ਼ੀਰਵਾਦ ਵੀ ਦਿੱਤਾ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ 'ਤੇ ਗਾਣਾ ਸ਼ੁਰੂ ਕਰਨ ਦੇ ਮੌਕੇ ਕਿਹਾ, ਮੈਂ ਕਲਾਕਾਰ ਹਾਂ, ਸਟੇਜ ਦੇ ਕੇ ਰੁਕਿਆ ਨਹੀਂ ਜਾਂਦਾ। ਮੁੱਖ ਮੰਤਰੀ ਨੇ ਛੱਲਾ ਗਾਉਂਦਿਆਂ ਰੁਕ ਕੇ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਵੀ ਦੱਸਿਆ ਕਿ ਉਹ ਮਾਰਚ ਮਹੀਨੇ ਪਿਤਾ ਬਣਨ ਵਾਲੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਘਰ ਧੀ ਹੋਵੇਗੀ ਜਾਂ ਪੁੱਤ ਹੋਵੇਗਾ। ਉਹਨਾਂ ਪੰਜਾਬੀ ਗਾਇਕ ਗੁਰਦਾਸ ਮਾਨ ਨਾਲ ਹੋਈ ਇੱਕ ਗੱਲਬਾਤ ਸਾਂਝੀ ਕਰਦਿਆਂ ਕਿਹਾ ਕਿ ਮੈਂ ਮਾਨ ਸਾਹਿਬ ਨੂੰ ਇਸ ਨੂੰ ਬੱਚੀ ਮਿੱਠੜੇ ਮੇਵੇ ਨਾਲ ਤਬਦੀਲ ਕਰਨ ਦੀ ਅਰਜ਼ੀ ਵੀ ਕੀਤੀ ਸੀ। ਇਹ ਇਸ ਲਈ ਕਿਉਂਕਿ ਜਿਨ੍ਹਾਂ ਦੇ ਧੀਆਂ ਹੁੰਦੀਆਂ ਹਨ ਉਹ ਵੀ ਖੁਸ਼ੀ ਮਨਾਉਣ ਦੇ ਹੱਕਦਾਰ ਹਨ। ਕੋਈ ਕੋਈ ਮੁੜਕੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਸਰਿਆ ਪੈਰ ਧਰਨ ਡਰ ਡਰ ਕੇ ਮੈਂ ਅੰਨਾ ਫੇਰਾ ਪਾਇਆ ਸੰਗ ਮੁੜ ਕੇ ਨੀ ਆਇਆ।